ਮਹਾਰਾਸ਼ਟਰ ਦੇ ਨੰਦੇੜ ਸਾਹਿਬ ਦੇ ਵਿੱਚ ਸਾਡਾ ਇੱਕ ਐਸਾ ਸਿੱਖ ਭਾਈਚਾਰਾ ਹੈ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਸ਼ਸਤਰ ਬਣਾਉਂਦਾ ਆ ਰਿਹਾ। ਜੰਗ ਲੜਨ ਲਈ ਤੇਗਾ ਬੜਾ ਸ਼ਸਤਰ ਚੰਗਾ ਹੁੰਦਾ ਸੀ, ਇਹ ਸ਼ਸਤਰ ਕਦੀ ਵੀ ਫੇਲ ਨਹੀਂ ਹੁੰਦਾ ਸੀ ਜੰਗ ਵਿੱਚ, ਤਾਂ ਕਰਕੇ ਇਹ ਵੀ ਤੇਗਾ ਹੈਗਾ, ਇਹਦਾ ਵੇਟ ਵੀ ਜ਼ਿਆਦਾ ਹੁੰਦਾ ਅਤੇ ਨਾਲ ਇਹਦਾ ਮਾਰ ਵੀ ਬਹੁਤ ਜ਼ਿਆਦਾ ਹੁੰਦਾ। ਇਹਨੂੰ ਕਰੋਲ ਕਹਿੰਦੇ ਨੇ, ਇਹ ਸਕੇਲੇ ਦੀ ਕਰੋਲ ਹੈਗੀ, ਆਪੇ ਹਾਥੀ ਬਣਾ ਰੱਖੀ ਹੈਗੀ ਕਰੋਲ, ਇਹ ਝਟਕੇ ਦਾ ਸ਼ਸਤਰ ਹੈਗਾ। ਤਾਂ ਇਹ ਸ਼ਸਤਰ ਇੱਦਾਂ ਹੁੰਦੇ ਨੇ, ਇਹਨੂੰ 1.25 ਲੱਖ ਤੋਂ ਇੱਕ ਵੀ ਲੜ ਸਕਦਾ, ਇਹੋ ਜਿਹਾ ਇਹ ਸ਼ਸਤਰ ਹੈਗਾ। ਇਹ ਨਿੱਕਾ ਸ਼ਸਤਰ ਹੈਗਾ, ਜਿਹੜੇ ਨਿੱਕੇ ਭੁਜੰਗੀ ਸਿੰਘ ਰਹਿੰਦੇ ਸੀ ਉਹ ਵੀ ਅੱਗੇ ਸ਼ਸਤਰ ਰੱਖਦੇ ਸੀ, ਤਾਂ ਇਹ ਨਿੱਕਾ ਭੁਜੰਗੀ ਸਿੰਘ ਦਾ ਮੁੱਠਾ ਵੀ ਹੈਗਾ ਇੱਕੋ ਨਿੱਕਾ। ਇਹ ਤਾਂ ਕੋਈ ਪਿਸਤੌਲ ਵਰਗਾ ਸ਼ਸਤਰ ਹੈਗਾ, ਨਾਲ ਯਾਨੀ ਇਹਦੀ ਗਰੀਬ ਵੀ ਪਿਸਤੌਲ ਵਰਗੀ ਹੈਗੀ, ਤੋ ਇਹਨਾਂ ਨੂੰ ਪੇਟਖਾਲੀ ਸ਼ਸਤਰ ਕਹਿੰਦੇ ਨੇ, ਇਹਨੂੰ ਤੋਤਾਪੁਰੀ ਕਹਿੰਦੇ ਨੇ। ਉਹ ਜਿਹੜੇ ਸ਼ਸਤਰ ਹੈਗੇ ਉਹਨਾਂ ਨੂੰ ਅਸੀਂ ਮਸ਼ੀਨ 'ਤੇ ਨਹੀਂ ਲਾਉਂਦੇ ਉਹਨਾਂ ਨੂੰ, ਕਿਉਂਕਿ ਮਸ਼ੀਨ ਦਾ ਟੈਂਪਰ ਜ਼ਿਆਦਾ ਹੁੰਦਾ ਨਾ, ਉਹਦੀ ਸਪੀਡ ਜ਼ਿਆਦਾ ਹੁੰਦੀ, ਕੀਮਤੀ ਸ਼ਸਤਰ ਹੁੰਦੇ, ਤਾਂ ਉਹਨਾਂ ਨੂੰ ਅਸੀਂ ਹੱਥ ਨਾਲ ਰਿਪੇਅਰਿੰਗ ਕਰਦੇ, ਉਹ ਸਾਨੂੰ ਪਤਾ ਹੈਗਾ ਕਿਸ ਤਰ੍ਹਾਂ ਦਾ ਉਹਨਾਂ ਨੂੰ ਰਿਪੇਅਰਿੰਗ ਕਰਦੇ, ਕਿਸ ਕਿਸ ਦਾ ਸਮਾਨ, ਕਿਸ ਦੀ ਔਜ਼ਾਰ ਲੱਗਦਾ, ਉਸ ਤਰ੍ਹਾਂ ਦੇ ਸ਼ਸਤਰ ਨੂੰ ਉਸੇ ਪ੍ਰਕਾਰ ਅਸੀਂ ਕਰਦੇ ਹਾਂ। ਮਹਾਰਾਸ਼ਟਰ ਦੇ ਨੰਦੇੜ ਸਾਹਿਬ ਦੇ ਵਿੱਚ ਸਾਡਾ ਇੱਕ ਐਸਾ ਸਿੱਖ ਭਾਈਚਾਰਾ ਹੈ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਸ਼ਸਤਰ ਬਣਾਉਂਦਾ ਆ ਰਿਹਾ। ਜਾਂ ਗੁਰੂ ਸਾਹਿਬ ਨੰਦੇੜ ਸਾਹਿਬ ਪੁੱਜੇ ਸਨ ਤਾਂ ਇੱਥੋਂ ਹੀ ਉਹ ਭਾਈਚਾਰਾ ਉਹਨਾਂ ਦੇ ਨਾਲ ਸ਼ਸਤਰ ਤਿਆਰ ਕਰਦਾ ਰਿਹਾ। ਪੀੜ੍ਹੀ ਦਰ ਪੀੜ੍ਹੀ ਇਹ ਕਲਾ ਚੱਲਦੀ ਰਹੀ, ਪਰ ਹੁਣ ਇਹ ਕਲਾ ਅਲੋਪ ਹੁੰਦੀ ਜਾ ਰਹੀ ਹੈ, ਕਿਉਂਕਿ ਉਹਨਾਂ ਦੀ ਨਵੀਂ ਪੀੜ੍ਹੀ ਹੈ ਉਹ ਨਹੀਂ ਚਾਹੁੰਦੀ ਕਿ ਇਹ ਕੰਮ 'ਚ ਪਿਆ ਜਾਵੇ, ਨਾ ਤਾਂ ਇਸ 'ਚ ਹੁਣ ਕਮਾਈ ਆ ਅਤੇ ਨਾ ਹੁਣ ਲੋਕ ਨੇ ਜਿਹੜੇ ਇਹਨਾਂ ਨੂੰ ਜ਼ਿਆਦਾ ਕੰਮ ਦੇ ਕੇ ਰਾਜ਼ੀ ਨੇ, ਕਿਉਂਕਿ ਟੈਕਨੋਲੋਜੀ ਬਦਲ ਗਈ ਹੈ। ਪਰ ਇਹ ਭਾਈਚਾਰਾ ਅਜੇ ਵੀ ਆਪਣੇ ਹੱਥੀਂ ਸ਼ਸਤਰ ਤਿਆਰ ਕਰਦਾ। ਸਾਡਾ ਸਿਗਲੀਗੜ੍ਹ ਸਿੱਖ ਭਾਈਚਾਰਾ ਜਿਹੜਾ ਕਿ ਇਹ ਸ਼ਸਤਰਾਂ ਨੂੰ ਆਪਣੇ ਹੱਥੀਂ ਤਿਆਰ ਕਰਦਾ, ਹੱਥੀਂ ਬਣਾਉਂਦਾ ਹੈ, ਅਤੇ ਜਿਹੜੇ ਪੁਰਾਤਨ ਸ਼ਸਤਰ ਨੇ ਉਹਨਾਂ ਦੀ ਸੇਵਾ ਵੀ ਕਰਦਾ ਹੈ। ਇੱਕ ਵਾਰ ਸ਼ਸਤਰ ਸਾਡੇ ਕੋਲ ਕੁਝ ਪਏ ਨੇ ਪੁਰਾਤਨ, ਉਹਨਾਂ ਦੇ ਤੁਹਾਨੂੰ ਥੋੜ੍ਹੇ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਜਿਹੜੇ ਪੁਰਾਤਨ ਸ਼ਸਤਰ ਨੇ, ਵੱਖ ਵੱਖ ਲੋਹੇ ਤੋਂ ਬਣੇ ਹੋਏ ਨੇ, ਵੱਖ ਵੱਖ ਲੋਹੇ ਦੀ ਕਿਸਮ ਹੁੰਦੀ ਆ। ਜਦ ਅੱਜ ਅਸੀਂ ਇਹਨਾਂ ਦੀ ਇੱਕ ਪੀੜ੍ਹੀ ਦੇ ਜਿਹੜੇ ਉਹ ਸ਼ਖਸ ਜਿਹੜੇ ਇਹ ਸ਼ਸਤਰ ਬਣਾਉਂਦੇ ਨੇ ਬਲਜੀਤ ਸਿੰਘ ਹੋਣਾ ਨੂੰ ਮਿਲੇ ਹਾਂ, ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਅੰਦਰ ਵੀ ਇੱਕ ਜਾਤ ਹੁੰਦੀ ਹੈ, ਇਹਨਾਂ ਦੀ ਇੱਕ ਅਲੱਗ ਆਇਡੈਂਟੀ ਹੁੰਦੀ ਆ ਹਰੇਕ ਲੋਹੇ ਦੀ, ਇੱਕ ਸ਼ਸਤਰ ਦੇ ਅੰਦਰ ਵੀ, ਅਤੇ ਉਹਨਾਂ ਬਾਰੇ ਵੀ ਜਾਣਾਂਗੇ। ਅਤੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਬਲਜੀਤ ਸਿੰਘ ਜੀ। ਬਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਸਿੰਘ ਜੀ, ਕਿੰਨਵੀਂ ਪੀੜ੍ਹੀ ਹੈਗੀ ਆ ਤੁਹਾਡੀ ਇਹ ਜਿਹੜੇ ਸਾਰਾ ਤਿਆਰ ਕਰ? ਇਹ ਸਾਡੀ 10ਵੀਂ ਪੀੜ੍ਹੀ ਹੈਗੀ, ਤੋ ਗੁਰੂ ਸਾਹਿਬ ਜੀ ਦੇ ਚਲਦੀ ਆ ਰਹੀ ਹੈ। ਅਸੀਂ ਮਹਾਰਾਜ ਜੀ ਦੇ ਜਿਹਦੇ ਅਨੰਦਪੁਰ ਸਾਹਿਬ ਹੈਗਾ, ਉੱਥੇ ਸਾਡਾ ਕਿਲਾ ਸੀ ਲੋਹਗੜ੍ਹ ਕਿਲਾ, ਉੱਥੇ ਸਾਡਾ ਪੁਰੋਕਰ ਰਹਿੰਦਾ ਸੀ, ਉੱਥੋਂ ਹੀ ਸਾਡੇ ਮਹਾਰਾਜ ਦੇ ਨਾਲ ਹੀ ਪੁਰੋਕਰ ਸਾਡਾ ਇੱਥੇ ਆਇਆ ਸੀ, ਤਾਂ ਇੱਥੇ ਵੀ ਮਹਾਰਾਜ ਦੀ ਸੇਵਾ, ਪੁਰਾਤਨ ਸੇਵਾ ਕਰਦੇ ਨੇ। ਹੁਣ ਸ਼ਸਤਰ ਜਿਹੜੇ ਨੇ ਅਗਲੀ ਪੀੜ੍ਹੀ ਬਣਾ ਰਹੀ ਹੈ ਜਾਂ ਕਿ ਤੋਂ ਦੂਰ ਜਾਂਦੀ ਜਾ ਰਹੀ ਹੈ? ਇੱਦਾਂ ਹੈਗਾ ਨਾ, ਦੇਖੋ ਅੱਗੇ ਤੋਂ ਰਾਜਾ ਮਹਾਰਾਜਾ ਦਾ ਰਾਜ ਸੀ, ਤਾਂ ਹੁਣ ਰਾਜ ਜਗ੍ਹਾ ਜਿਹੜਾ ਅੰਗਰੇਜ਼ਾਂ ਦਾ ਆਇਆ ਸੀ, ਤਾਂ ਉੱਥੇ ਇੱਕ ਈਸਟ ਇੰਡੀਆ ਕੰਪਨੀ ਆਈ ਸੀ ਦੇਸ਼ 'ਚ, ਤਾਂ ਉਹਨਾਂ ਨੇ ਆਰਮੇਟ ਲਾਇਆ ਸੀ, ਤਾਂ ਆਰਮੇਟ ਦੇ ਲਾਗੇ ਜਦੋਂ ਸ਼ਸਤਰ ਬਣਾਉਂਦੇ ਜਿਹੜਾ ਹੈਗਾ ਉਹ ਘੱਟ ਹੋ ਗਿਆ ਸੀ ਦੇਸ਼ 'ਚੋਂ, ਤਾਂ ਆਰਮੇਟ ਸਾਡੇ ਉੱਤੇ ਲੱਗਣ ਕਰਕੇ ਪੀੜ੍ਹੀ ਜੋ ਜ਼ਿਆਦਾ ਕਰਕੇ ਪੀੜ੍ਹੀ ਮੁੱਕ ਗਈ ਨਹੀਂ, ਤਾਂ ਹੁਣ ਕੁਝ ਪੀੜ੍ਹੀ ਹੈਗੀ ਜੋ ਇਹ ਸੇਵਾ ਨਿਭਾ ਰਹੀਆਂ ਨੇ। ਜਿੱਦਾਂ ਸਾਡੀ ਪੀੜ੍ਹੀ ਹੈਗੀ, ਸਾਡਾ ਡੈਡੀ ਦਾ ਨਾਮ ਹੋਏਗਾ ਭਗਵਾਨ ਸਿੰਘ, ਸਾਡਾ ਦਾਦੇ ਦਾ ਨਾਮ ਹੋਏਗਾ ਰਾਮ ਸਿੰਘ, ਉਹਨਾਂ ਦੀ ਸਾਰੀ ਪੀੜ੍ਹੀ ਇਹ ਚੱਲ ਰਹੀ ਨਹੀਂ, ਜੋ ਅੱਜ ਵੀ ਸੇਵਾ ਕਰ ਰਹੇ ਨੇ ਅਸੀਂ। ਕੇਵਲ ਇਹ ਸ਼ਸਤਰ ਜਿਵੇਂ ਹੁਣ ਤਖ਼ਤ ਸਾਹਿਬ 'ਚ ਜਿਹੜੇ ਸ਼ਸਤਰ ਪਏ ਨੇ ਉਹਨਾਂ ਦੀ ਵੀ ਸੇਵਾ ਮਿਲਦੀ ਹੈ? ਹਾਂਜੀ, ਸਾਡੇ ਪੁਰਖਾਂ 'ਤੇ ਸੇਵਾ ਚੱਲ ਰਹੀ, ਅਤੇ ਸਾਡੇ ਡੈਡੀ ਜੇ ਸਾਡੇ ਦਾਦਾ ਉੱਥੇ ਦੇ ਮੁੱਖ ਸ਼ਸਤਰ ਸੇਵਾਦਾਰ ਹੈਗੇ, ਹੁਣ ਵੀ ਦਾਸ ਸੇਵਾ ਕਰਦਾ ਉੱਥੇ, ਜਿੰਨੇ ਖਜ਼ਾਨੇ ਦੇ ਸ਼ਸਤਰ ਹੈਗੇ 10ਵੇਂ ਪਾਤਸ਼ਾਹ ਜੀ ਦੇ ਆਪ ਸੇਵਾ ਕਰਦੇ ਨੇ ਸਾਡੇ
ਔਰ ਹਰ ਸਾਲ ਤਖ਼ਤ ਇਸ਼ਨਾਨ ਨੂੰ ਹਾਜ਼ਰੀ ਲਾਉਂਦੇ ਨੇ ਸਾਰੇ ਸ਼ਸਤਰ ਜੋ ਹੈਗੇ ਸਾਡੇ ਪਾਸ ਉਹਨਾਂ ਦੇ ਉਹ ਜਿਹੜੇ ਸ਼ਸਤਰ ਹੈਗੇ ਉਹਨਾਂ ਨੂੰ ਅਸੀਂ ਮਸ਼ੀਨ 'ਤੇ ਨਹੀਂ ਲਾਉਂਦੇ ਉਹਨਾਂ ਨੂੰ ਕਿਉਂਕਿ ਮਸ਼ੀਨ ਦਾ ਟੈਂਪਰ ਜ਼ਿਆਦਾ ਹੁੰਦਾ ਨਾ ਉਹਦੀ ਸਪੀਡ ਜ਼ਿਆਦਾ ਹੁੰਦੀ ਕੀਮਤੀ ਸ਼ਸਤਰ ਹੁੰਦੇ ਤਾਂ ਉਹਨਾਂ ਨੂੰ ਅਸੀਂ ਹੱਥ ਨਾਲ ਰਿਪੇਅਰਿੰਗ ਕਰਦੇ ਉਹ ਸਾਨੂੰ ਪਤਾ ਹੈਗਾ ਕਿਸ ਤਰ੍ਹਾਂ ਦਾ ਉਹਨਾਂ ਨੂੰ ਰਿਪੇਅਰਿੰਗ ਕਰਦੇ ਕਿਸ ਕਿਸ ਦਾ ਸਮਾਨ ਕਿਸ ਦੀ ਔਜ਼ਾਰ ਲੱਗਦਾ ਉਸ ਤਰ੍ਹਾਂ ਦੇ ਸ਼ਸਤਰ ਨੂੰ ਉਸੇ ਪ੍ਰਕਾਰ ਅਸੀਂ ਕਰਦੇ ਨੇ। ਸੋ ਬਿਲਕੁਲ ਜਿਹੜੇ ਸ਼ਸਤਰ ਗੁਰੂ ਸਾਹਿਬ ਦੇ ਆਪਣੇ ਸ਼ਸਤਰ ਨੇ ਜਿਹੜੇ ਦਰਬਾਰ ਸਾਹਿਬ ਤਖ਼ਤ ਸਾਹਿਬ 'ਤੇ ਸੁਸ਼ੋਭਿਤ ਨੇ ਉਹਨਾਂ ਨੂੰ ਇਹਨਾਂ ਦੇ ਮੁਤਾਬਕ ਮਸ਼ੀਨ ਨਾਲ ਨਹੀਂ ਬਣਾਇਆ ਜਾਂਦਾ, ਹੱਥੀ ਆਪਣੇ ਸੰਦਾਂ ਨਾਲ ਉਹਨਾਂ 'ਤੇ ਕਾਰੀਗਰੀ ਕੀਤੀ ਜਾਂਦੀ ਹੈ। ਬਹੁਤ ਸਾਰੇ ਸ਼ਸਤਰ ਇੱਥੇ ਵੀ ਨੇ, ਇੱਕ ਇੱਕ ਕਰਕੇ ਇਹਨਾਂ ਤੋਂ ਜਾਣਦੇ ਵੀ ਹਾਂ। ਕਿਹੜੇ ਕਿਹੜੇ ਸ਼ਸਤਰ ਜਿਹੜੇ ਹੁਣ ਤੁਹਾਡੇ ਕੋਲ ਇੱਥੇ ਮੌਜੂਦ ਹੈ? ਸਾਡੇ ਕੋਲ ਸ਼ਸਤਰ ਹੈਗਾ, ਇਹਨੂੰ ਸਭਦਰਾ ਕਹਿੰਦੇ ਨੇ, ਇਹ ਫੁਲਾਦ ਦਾ ਸ਼ਸਤਰ ਹੈਗਾ। ਇਹਦੇ ਵਿੱਚ ਜਿਹੜੇ ਹੀਰੇ ਹੁੰਦੇ, ਹੀਰੇ 'ਚ ਕਿੱਦਾਂ ਬਹੁਤ ਪ੍ਰਕਾਰ ਦੇ ਹੀਰੇ ਹੁੰਦੇ, ਪਰ ਜਿਹੜਾ ਓਰੀਜਨਲ ਹੀਰਾ ਹੁੰਦਾ ਉਹਦੇ ਜ਼ੋਰ ਹੁੰਦਾ, ਜੋਰੀ ਉਹਨਾਂ ਨੂੰ ਪਛਾਣ ਲੈਂਦਾ। ਜਿਸ ਤਰ੍ਹਾਂ ਜੋਰੀ ਸ਼ਸਤਰ ਨੂੰ ਪਛਾਣਦਾ, ਇਸ ਤਰ੍ਹਾਂ ਅਸੀਂ ਵੀ ਜੋਰੀ ਹੈਗੇ ਸ਼ਸਤਰਾਂ ਦੇ, ਅਸੀਂ ਇਹਨਾਂ ਨੂੰ ਪਛਾਣ ਲੈਂਦੇ ਕਿਹੜੀ ਜਾਤ ਦਾ ਹੈਗਾ। ਸ਼ਸਤਰਾਂ ਵਿੱਚ ਵੀ ਬਹੁਤ ਵੱਖਰੀ ਵੱਖਰੀ ਜਾਤ ਹੁੰਦੀ। ਇਸ ਤਰ੍ਹਾਂ ਦੇ ਸ਼ਸਤਰ ਆਪ ਨੂੰ ਈਰਾਨੀ ਵੀ ਮਿਲੇਂਗੇ, ਸਕੇਲੇ ਦੇ ਵੀ ਮਿਲੇਂਗੇ, ਫੁਲਾਦ ਦੇ ਵੀ ਮਿਲੇਂਗੇ, ਪਰ ਇਹ ਜਿਹੜਾ ਸਭਦਰਾ ਹੈਗਾ ਇਸ ਤਰ੍ਹਾਂ ਦੇ ਪ੍ਰਕਾਰ ਦੇ ਇਸੀ ਜਾਤ ਦੇ ਵਿੱਚ ਆਪ ਜੀ ਨੂੰ ਜਗਦਾਪੁਰੀ ਵੀ ਸ਼ਸਤਰ ਆਉਂਦਾ, ਪਰ ਇਹ ਹੈਗਾ ਸਭਦਰਾ, ਇਹ ਹੈਗਾ ਪੁਲਾਦ ਦਾ, ਇਹਦਾ ਵੀ ਈਰਾਨੀ ਜ਼ੋਰ ਹੈਗਾ। ਔਰ ਇਹਨਾਂ ਨੂੰ ਹੱਥੀ ਦਾਂਤ ਲੱਗਿਆ ਇੱਥੇ, ਇਹ ਮਹਾਂਪੁਰਸ਼ ਆ ਰੱਖਿਆ ਵੀ ਬਾਬਾ ਨਿਧਾਨ ਸਿੰਘ ਜੀ ਬਰਸੀ 'ਤੇ ਉਹਨਾਂ ਨੂੰ ਸਾਨੂੰ ਮਿਆਨ ਬਣਾ ਨੇ ਦੇ ਰੱਖਿਆ, ਬਾਬਾ ਗੁਰਦੇਵ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਉਹਨਾਂ ਨੇ ਸਾਨੂੰ ਉਹਨਾਂ ਦੇ ਗਾਤਰੇ ਦਾ ਹੈਗਾ, ਉਹਨਾਂ ਨੂੰ ਬਣਾਉਣੇ ਹੁਣ ਹੀ ਦਿੱਤਾ ਸਾਨੂੰ। ਇਹਨੂੰ ਕਰੋਲ ਕਹਿੰਦੇ ਨੇ, ਇਹ ਸਕੇਲੇ ਦੀ ਕਰੋਲ ਹੈਗੀ, ਆਪੇ ਹੱਥੀ ਬਣਾ ਰੱਖੀ ਹੈਗੀ ਕਰੋਲ, ਇਹ ਜ਼ਿਆਦਾ ਪੁਰਾਤਨ ਨਹੀਂ ਹੈਗੀ। ਜਿਹੜੇ ਪੁਰਾਤਨ ਇਤਿਹਾਸਿਕ ਜਿਹੜਾ ਇਹ ਜਿਹੜਾ ਸ਼ਸਤਰ ਹੈਗਾ ਜੋ ਮੈਂ ਆਪ ਜੀ ਨੂੰ ਇਹ ਦਿਖਾਇਆ, ਮੈਂ ਸ਼ਸਤਰ ਇਹ ਘੱਟ ਤੋਂ ਘੱਟ ਵੀ ਨਹੀਂ ਨੇ ਕਿ ਤੋਂ 1600 ਸਦਮੇ ਨਿਕਲਿਆ ਹੋਇਆ ਸ਼ਸਤਰ ਹੈਗਾ, 1600 ਸਦੀ ਮੈਂ, ਹਾਂ ਪੁਰਾਤਨ ਸ਼ਸਤਰ। ਤੋ ਇਹ ਜਿਹੜਾ ਸ਼ਸਤਰ ਹੈਗਾ, ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਫੈਕਟਰੀ ਲੱਗੀ ਸੀ, ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਸ਼ਸਤਰ ਵੀ ਬਣਾਏ ਸੀ, ਮਹਾਰਾਜਾ ਰਣਜੀਤ ਸਿੰਘ ਜੀ ਨੇ, ਇਹ ਪੱਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਇਆ ਸੀ ਉੱਥੇ। ਤੋ ਇਹ ਜਿਹੜਾ ਇਹ ਹੈਗਾ ਸਕੇਲੇ ਦਾ ਪੱਤਾ ਹੈਗਾ, ਇਹਨੂੰ ਮੁਮੀਆਂ ਪੁਲਾਦ ਕੇ ਦਿੰਦੇ ਨੇ ਇਹਨੂੰ, ਇਹ ਝਟਕੇ ਦਾ ਸ਼ਸਤਰ ਹੈਗਾ। ਇਹਨੂੰ ਝਟਕੇ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਕੋਈ ਸ਼ਸਤਰ ਉਹਦੇ ਪੂਜਨੀਕ ਹੁੰਦੇ, ਗਾਤਰੇ ਦੇ ਵੀ ਹੁੰਦੇ, ਕੋਈ ਕੋਈ ਸ਼ਸਤਰ ਨੇ ਜੰਗਜੂਤ ਦੇ ਹੁੰਦੇ ਜੋ 1.25 ਲੱਖ ਤੋਂ ਇੱਕ ਲੜਾ ਸਕਦੇ ਨਾ, ਇਸ ਤਰ੍ਹਾਂ ਇਹ ਸ਼ਸਤਰ ਇੱਦਾਂ ਹੁੰਦੇ ਨੇ, ਇਹਨੂੰ 1.25 ਲੱਖ ਤੋਂ ਇੱਕ ਵੀ ਲੜ ਸਕਦਾ, ਇਹੋ ਜਿਹਾ ਇਹ ਸ਼ਸਤਰ ਹੈਗਾ। ਹਾਂ ਲਚਕ ਵੀ ਹੁੰਦੀ ਹੈ, ਲਚਕ ਤਾਂ ਪਾਉਂਦੇ ਇਹਨਾਂ ਨੂੰ, ਕਵੀ ਕਵੀ ਘੋੜ ਸਵਾਰ 'ਤੇ ਵੀ ਪੈ ਜਾਂਦੇ, ਆਪਾਂ ਜੋ ਢਾਲ ਆ ਜਾਂਦੀ ਹੈ, ਢਾਲ ਦੇ ਅੱਗੇ ਆਪਾਂ ਲਾਉਂਦੇ ਨਾ ਤਾਂ ਥੋੜ੍ਹੀ ਜਿਹੀ ਲਚਕ ਵੀ ਮਿਲ ਜਾਂਦੀ, ਆਮਣਾ ਸਾਹਮਣਾ ਹੋ ਜਾਂਦਾ ਦੁਸ਼ਮਣਾਂ ਦਾ। ਤਬ ਮਹਾਰਾਜਾ ਰਣਜੀਤ ਸਿੰਘ ਨੇ ਇਹੋ ਜਿਹਾ, ਸਾਡੇ ਕਾਰੀਗਰ ਹੁੰਦੇ ਨੇ, ਸਮਾਂ ਦੇਖ ਕੇ ਸ਼ਸਤਰ ਬਣਾਉਂਦੇ ਸੀ ਅਸੀਂ। ਜਦੋਂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਅਸੀਂ ਜੰਗ 'ਚ ਗਏ ਸੀ, ਤਾਂ ਉੱਥੇ ਨਾ ਅੱਗੇ ਮੁਸਲਮਾਨ ਵੀ ਸ਼ਸਤਰ ਬਣਾਉਂਦੇ ਸੀ, ਤਾਂ ਸਾਡੇ ਬਜ਼ੁਰਗ ਸੀ, ਤਾਂ ਉਹਨਾਂ ਨੇ ਕਿਹਾ ਸੀ ਮਹਾਰਾਜ ਨੂੰ ਕਿ ਮਹਾਰਾਜ ਇੱਦਾਂ ਇੱਦਾਂ ਜਿਹੜੇ ਸ਼ਸਤਰ ਹੈਗੇ ਆਪਣੇ ਸਿੰਘ ਹੈ ਨਾ ਜੰਗ ਵਿੱਚ ਆ ਜਾਂਦੇ, ਟੁੱਟ ਜਾਂਦੇ ਇੱਦਾਂ, ਤਾਂ ਜਿਹੜੇ ਉਹਨਾਂ ਦੇ ਜਥੇਦਾਰ ਸੀ ਜਰਨੈਲ ਬਾਬਾ ਬਿਧੀ ਚੰਦ ਜੀ, ਉਹ ਸਾਰੀ ਦੇਖ ਰੇਖ ਕਰਦੇ ਸੀ, ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਮਾਰਵਾੜ ਦੇ ਰਾਜਸਥਾਨ 'ਤੇ ਸਿਕਲੀਕਰ ਰਹਿੰਦੇ ਨੇ, ਉਹਨਾਂ ਨੂੰ ਲਾਈਏ, ਅਸੀਂ ਮਾਰਵਾੜ ਦੇ ਹੈਗੇ, ਰਾਜਸਥਾਨ ਤੋਂ ਸਾਡਾ ਪੁੜੱਕਰ ਹੈਗਾ, ਤਾਂ ਅਸੀਂ ਫਿਰ ਜਿੱਥੋਂ ਜਿਹੜੀ ਜੰਗ ਲੱਗਦੀ ਸੀ, ਪਠਾਨ ਸੀ ਉਹ 9-9 ਫੀਟ 7-7 ਫੀਟ ਦੇ ਉੱਚੇ ਲੰਬੇ ਸੀ, ਤਾਂ ਸਾਡੇ ਉਹ ਉਹਨਾਂ ਦੀ ਹਾਈਟ, ਉਹਨਾਂ ਦੀ ਪਰਸਨੈਲਿਟੀ ਤੋਂ ਦੇਖ ਕੇ ਸਾਨੂੰ ਫਿਰ ਸ਼ਸਤਰ ਬਣਾਏ, ਕਿਸ ਤਰ੍ਹਾਂ ਦਾ ਸ਼ਸਤਰ ਮੁਗਲਾਂ ਨੂੰ ਘੋੜ ਸਵਾਰ ਦਾ ਸ਼ਸਤਰ, ਘੋੜ ਸਵਾਰ ਨੂੰ ਕਿਸ ਤਰ੍ਹਾਂ ਦਾ ਲੱਗਦਾ, ਹਾਥੀ ਨੂੰ ਮਾਰਨ ਲਈ ਦੇ ਕਿਸ ਤਰ੍ਹਾਂ ਦਾ ਸ਼ਸਤਰ ਲੱਗਦਾ, ਜਿਹੜਾ 10 ਫੀਟ ਦਾ ਬੰਦਾ ਹੈਗਾ ਉਹਨਾਂ ਨੂੰ ਮਾਰਨ ਲਈ ਕਿੰਨਾ ਸ਼ਸਤਰ ਲੱਗ, ਜਿਹੜਾ ਸੰਜੋਗ ਪੇਨ ਰੱਖਿਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਸ਼ਸਤਰ ਲੱਗ ਗਿਆ। ਇਸ ਤਰ੍ਹਾਂ ਸਾਡੇ ਜਿਹੜੇ ਬਾਬਾ ਜੀ ਆਏ ਸੀ ਸਾਡੇ ਕੋਲ, ਉਹਨਾਂ ਨੂੰ ਅਸੀਂ ਸਾਰਾ ਸਭ ਕੁਝ ਸਮਾਨ ਕੇ ਦੱਸਿਆ, ਤਾਂ ਫਿਰ ਅਸੀਂ 4-5 ਸ਼ਸਤਰ ਲੈ ਕੇ ਆਪ ਸਾਨੂੰ ਬਾਬਾ ਜੀ ਸਾਡੇ ਬਾਬਾ
ਛੇਵੀਂ ਪਾਤਸ਼ਾਹ ਜੀ ਜਿਹੜੇ ਮਹਾਰਾਜ ਸੀ ਸਾਡੇ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੇ ਕੋਲ ਲੈ ਗਏ ਤਾਂ ਉਹਨਾਂ ਦੇ ਕੋਲ ਹੀ ਫਿਰ ਸਾਡਾ ਸਾਰਾ ਹੀ ਪਰਿਵਾਰ ਉੱਥੇ ਹੀ ਲੱਗੇ ਰਿਹਾ। ਤਾਂ ਇਹ ਨਿੱਕਾ ਸ਼ਸਤਰ ਹੈਗਾ, ਜਿਹੜੇ ਨਿੱਕੇ ਭੁਜੰਗੀ ਸਿੰਘ ਰਹਿੰਦੇ ਸੀ ਉਹ ਵੀ ਆ ਕੇ ਸ਼ਸਤਰ ਰੱਖਦੇ ਸੀ, ਤਾਂ ਇਹ ਨਿੱਕਾ ਭੁਜੰਗੀ ਸਿੰਘ ਦਾ ਮੁੱਠਾ ਵੀ ਹੈਗਾ ਇੱਕੋ ਨਿੱਕਾ, ਤਾਂ ਭੁਜੰਗੀ ਸਿੰਘ ਵੀ ਆ ਗਏ ਆਪਣੇ ਗਾਤਰੇ 'ਤੇ ਸ਼ਸਤਰ ਰਹਿੰਦੇ, ਤਾਂ ਇਸ ਤਰ੍ਹਾਂ ਉਹਨਾਂ ਦੇ ਨਿੱਕੇ ਨਿੱਕੇ ਵੀ ਮੁੱਠੇ ਬਣਾ ਲੈਂਦੇ ਸੀ। ਜਿਵੇਂ ਕਿ ਆਪਾਂ ਕਹੀਏ ਛੋਟੇ ਜਿਹੜੇ ਸਾਹਿਬਜ਼ਾਦੇ ਸਨ ਉਹ ਜਿਹੜੇ ਜਿਵੇਂ ਉਹਨਾਂ ਦੇ ਲੜੇ, ਹਾਂ ਜਿਹੜੇ ਆਪਣੇ ਸਾਹਿਬਜ਼ਾਦੇ ਸਨ ਇਸ ਤਰ੍ਹਾਂ ਦੇ, ਉਹਨਾਂ ਦੇ ਜਿਸ ਤਰ੍ਹਾਂ ਦੇ ਆਪਣੇ ਲਾਡਲੀ ਫੌਜ ਹੁੰਦੀ ਸੀ ਨਿੱਕੇ ਵੀ, ਉਹ ਵੀ ਸ਼ਸਤਰਧਾਰੀ ਹੁੰਦੀ ਸੀ। ਹੁਣ ਤੋਂ ਜ਼ਮਾਨਾ ਨਹੀਂ ਰਿਹਾ, ਪਰ ਅੱਗੇ ਬੜਾ ਸ਼ੌਂਕ ਸੀ ਸ਼ਸਤਰਾਂ ਦਾ। ਹੁਣ ਵੀ ਇਹਨਾਂ ਦੇ ਇੰਨੇ ਲੋਕ ਹੋ ਗਏ, ਮੈਂ ਆਜ ਸਾਰਿਆਂ ਨੂੰ ਆਪ ਜੀ ਦੇ ਲਾਈਵ ਦੱਸਦਾ, ਆਜ ਵੀ ਘੱਟ ਤੋਂ ਘੱਟ ਵੀ ਪੂਰੇ ਹਿੰਦੁਸਤਾਨ 'ਚ ਘੱਟ ਤੋਂ ਘੱਟ ਵੀ ਮੁਸ਼ਕਿਲ ਹੀ 25% ਪਰਖ ਹੀ ਮਿਲਾਂਗੇ ਸ਼ਸਤਰਾਂ ਦੇ, ਪਰਖ ਵੀ ਮਰ ਗਈ ਹੈ ਸਾਰੇ ਇੰਕੀ, ਉਹਨਾਂ ਨੂੰ ਪਤਾ ਹੀ ਨਹੀਂ ਸ਼ਸਤਰਾਂ ਦੀ ਪਰਖ ਕੀ ਹੈਗੀ। ਕੁਛ ਕੁਛ ਦਲ ਪੰਥ 'ਚ ਹੀ ਪਰਖੀ ਬੰਦੇ ਹੈਗੇ ਜਿਸ ਤਰ੍ਹਾਂ ਦਲ ਪੰਥ ਚਲਾ ਰਹੇ ਨੇ, ਕੁਛ ਤੋਂ ਜਿਹੜੇ ਪੁਰਾਤਨ ਗੁਰਦੁਆਰੇ ਹੈਗੇ ਨੇ ਉੱਥੇ ਪਏ ਨੇ, ਜਿੱਦਾਂ ਸੱਚਖੰਡ ਗੁਰਦੁਆਰਾ ਸਾਹਿਬ ਹੈਗਾ, ਅਕਾਲ ਤਖਤ ਸਾਹਿਬ ਹੈਗਾ, ਇਸ ਤਰ੍ਹਾਂ ਦੇ ਸਾਰੇ ਹੀ ਗੁਰਦੁਆਰੇ ਹੈਗੇ। ਇਹਦੇ ਕੋਈ ਤੇਗਾ ਹੈਗਾ ਸਕੇਲੇ ਦਾ, ਜਦੋਂ ਤੇਗਾ ਦਾ ਸਥਾਪਨਾ ਕੀਤੀ ਸੀ, ਜਦੋਂ ਜੰਗ ਜੂਤੇ ਜਦੋਂ ਆਪਾਂ ਜਾਂਦੇ ਸੀ ਤਾਂ ਬੜੇ ਬੜੇ ਮਹਾਂਬਲੀ ਆ ਜਾਂਦੇ, ਤਾਂ ਉਹਨਾਂ ਨੂੰ ਜੰਗ ਲੜਨ ਲਈ ਤੇਗਾ ਬੜਾ ਸ਼ਸਤਰ ਚੰਗਾ ਹੁੰਦਾ ਸੀ, ਇਹ ਸ਼ਸਤਰ ਕਵੀ ਵੀ ਫੇਲ ਨਹੀਂ ਹੁੰਦਾ ਸੀ ਜੰਗ ਵਿੱਚ, ਤਾਂ ਕਰਕੇ ਇਹ ਵੀ ਤੇਗਾ ਹੈਗਾ, ਇਹਦਾ ਵੇਟ ਵੀ ਜ਼ਿਆਦਾ ਹੁੰਦਾ ਤਾਂ ਨਾਲ ਇਹਦਾ ਮਾਰ ਵੀ ਬਹੁਤ ਜ਼ਿਆਦਾ ਹੁੰਦਾ, ਚੱਕਣ ਵਾਲੇ ਦੀ ਵੀ ਉਨੀ ਤਾਕਤ ਹੋਣੀ ਚਾਹੀਦੀ ਆ। ਦੇਖੋ ਜਪ ਤਪ ਵੀ ਹੁੰਦਾ ਚਾਹੀਦਾ ਉਹਦੇ ਨਾਲ, ਇੱਦਾਂ ਨਹੀਂ ਹੈ ਕਿ ਕੁਛ ਕੁਛ ਸਰੀਰਕ ਸਾਥ ਦੇਊਗਾ, ਜਪ ਤਪ ਵੀ ਸਾਥ ਦਿੰਦਾ, ਜਪ ਤੋਂ ਜਪ ਤਪ ਨਾਲ ਰਹੇਗਾ ਤਾਂ ਚੱਕਣ ਦੀ ਕੋਈ ਲੋੜ ਨਹੀਂ ਹੈ। ਇਹ ਤਾਂ ਕੋਈ ਪਿਸਤੌਲ ਵਰਗਾ ਸ਼ਸਤਰ ਹੈਗਾ ਨਾਲ, ਯਾਨੀ ਇਹਦੀ ਗਰੀਬੀ ਪਿਸਤੌਲ ਵਰਗੀ ਹੈਗੀ, ਤੋ ਇਹਨਾਂ ਨੂੰ ਪੇਟ ਖਾਲੀ ਸ਼ਸਤਰ ਕਹਿੰਦੇ ਨੇ, ਇਹਨੂੰ ਤੋਤਾਪੁਰੀ ਕਹਿੰਦੇ ਨੇ। ਇਹ ਦੇਖੋ ਇਹਦੀ ਪੂੰਛ ਤੋਤੀ ਦੀ ਹੈਗੀ, ਔਰ ਨਾਲ ਹੀ ਇਹਨੂੰ ਇੱਥੇ ਮੁੱਠੂ ਦਾ ਮੂੰਹ ਹੈਗਾ, ਇਹਨੂੰ ਤੋਤਾਪੁਰੀ ਕਹਿੰਦੇ ਨੇ, ਤੋਤਾਪੁਰੀ ਪੇਚਕਚ। ਹਾਂ ਇਹ ਖਾਸ ਜਿਹੜੇ ਸੰਜੋਗ ਹੁੰਦਾ ਨਾ, ਸੰਜੋਗ ਨੂੰ ਫਾੜਨ ਵਾਸਤੇ ਰਹਿੰਦਾ ਸੀ, ਜਦ ਮੁਗਲ ਪਠਾਨ ਜਿਹੜੇ ਜ਼ਿਆਦਾ ਸੰਗੋਜ ਭੇਜਦੇ ਨੇ, ਤੁਹਾਨੂੰ ਇਹਨੂੰ ਗਰੀਬ ਲਾ ਕੇ ਇੱਦਾਂ ਇਹਨੂੰ ਐਂਟੀ ਬਣਾ ਰੱਖੀ ਹੈ ਦੇਖੋ ਨੋਕ ਅੱਗੇ, ਤਾਂ ਇਹ ਐਂਟੀਦਾਰ ਸ਼ਸਤਰ ਕਹਿੰਦੇ ਨੇ, ਤਾਂ ਇਹਨੂੰ ਜਿੱਦਾਂ ਮਾਰਦੇ ਨਾ ਇਹਦਾ ਵਾਰ, ਤਾਂ ਸੰਜੋਗ ਵੀ ਇਹਨਾਂ ਦਾ ਸਾਰਾ ਆਪੇ ਹੀ ਫੜ ਜਾਂਦਾ ਸੀ। ਇਹਨਾਂ ਨੂੰ ਕਹਿੰਦੇ ਕੱਤਾ, ਖਾਸ ਕਰਕੇ ਪੁਰਾਣੇ ਜ਼ਮਾਨੇ ਮੈਂ ਆਪਨੇ ਦੇਖਾ ਹੀ ਹੋਊਗਾ ਕਿ ਜਿਹੜਾ ਦੇਵੀਆਂ ਦੇ ਹੱਥ 'ਚ ਵੀ ਰਹਿੰਦਾ ਸੀ ਆਹ ਕੱਤਾ, ਜੇ ਕਿਸੇ ਬਲੀ ਦੇਣੀ ਹੈ ਤਾਂ ਵੀ ਇਹ, ਹਾਂ ਜਿਹੜੀ ਬਲੀ ਦੇਣੀ ਹੈ ਤਾਂ ਬਸ ਇਹ ਬਲੀ ਦਾ ਹੀ ਕੰਮ ਕਰਦਾ ਸੀ, ਕੋਈ ਕੋਈ ਇਹਦੇ ਵੀ ਸ਼ੌਕਿੰਗ ਹੁੰਦੇ ਸੀ ਅਤੇ ਕੱਤੇ ਨਾਲ ਵੀ ਕੰਮ ਕਰਦੇ ਸੀ, ਇਸ ਤਰ੍ਹਾਂ ਆਪਣੇ ਮਨਪਸੰਦ ਦੇ ਵੀ ਸ਼ਸਤਰ ਰੱਖਦੇ ਸੀ ਸਿੰਘ ਸੂਰਮੇ, ਜਿਸ ਤਰ੍ਹਾਂ ਦੇ ਸ਼ਸਤਰ ਹੁੰਦੇ ਸੀ ਉਸ ਤਰ੍ਹਾਂ ਵੀ ਰੱਖਦੇ ਸੀ। ਸ਼ਸਤਰ ਤਾਂ ਤੁਸੀਂ ਸਾਨੂੰ ਨਾਲ ਦੀ ਨਾਲ ਦਿਖਾਈ ਜਾ ਰਹੇ ਹੋ, ਸ਼ਸਤਰ ਅਤੇ ਖੂਬੀ ਜਿਹੜਾ ਤੁਹਾਡੇ ਕੋਲ ਪੂਰੇ ਜਿਹੜੇ ਇਹਦੇ ਸੰਦ ਵੀ ਨੇ, ਪਰ ਇਹਨਾਂ 'ਚ ਵੀ ਤੁਸੀਂ ਦੱਸ ਰਹੇ ਸੀ ਕਿ ਅਲੱਗ ਅਲੱਗ ਕਿਸਮ ਹੈਗੀ ਆ, ਕਿਹੜੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਨੇ ਮੋਸਟਲੀ? ਦੇਖੋ ਮੈਨੂੰ ਆਪ ਜੀ ਨੂੰ ਇਹ ਦੇਖੋ ਇਹ ਸ਼ਸਤਰ ਦਿਖਾਇਆ ਹੈਗਾ, ਇਹ ਹੈਗਾ ਫੁਲਾਦ ਦਾ, ਫੁਲਾਦ 'ਚ ਹੈਗੇ ਤਿੰਨ ਫੁਲਾਦ ਹੁੰਦੇ ਨੇ, ਇੱਕ ਫੁਲਾਦ ਹੁੰਦਾ ਹੈ ਮੁਮੀਆ ਫੁਲਾਦ, ਇੱਕ ਹੁੰਦਾ ਹੈ ਫੁਲਾਦ, ਇੱਕ ਹੁੰਦਾ ਹੈ ਸਕੇਲਾ ਫੁਲਾਦ, ਤਿੰਨ ਫੁਲਿਆਦ ਫੁਲਾਦ ਹੁੰਦੇ ਨੇ। ਤਾਂ ਜਿਹੜਾ ਮੈਂ ਆਪ ਜੀ ਨੂੰ ਇਹ ਸ਼ਸਤਰ ਬਤਾਇਆ ਹੈ ਇਹ ਹੈਗਾ ਸਕੇਲਾ, ਸਕੇ ਇਹਦੇ ਵਿੱਚ ਵੀ ਜ਼ੋਰ ਹੁੰਦਾ ਸਕੇਲੇ ਦਾ, ਇੱਦਾਂ ਨਹੀਂ ਕਿ ਇਹ ਸ਼ਸਤਰ ਆਮ ਸ਼ਸਤਰ ਦਾ ਆਮ ਸਰਬ ਲੋ ਆਏਗਾ ਤਾਂ ਨਹੀਂ, ਇਹ ਜੋ ਇਹਦੀ ਡੁਪਲੀਕੇਟ ਵੀ ਅਗਰ ਕੋਈ ਮਾਰੋਗੇ ਨਾ ਤਾਂ ਜ਼ੋਰ ਹੀ ਪਛਾਣ ਲਊਗਾ ਕਿ ਇਹ ਡੁਪਲੀਕੇਟ ਦਾ ਸ਼ਸਤਰ ਮਾਰ ਰੱਖਿਆ ਕਰਕੇ, ਡੁਪਲੀਕੇਟ ਕਾਪੀ ਮਾਰ ਰੱਖੀ ਹੈ, ਕਿਉਂਕਿ ਸ਼ਸਤਰ ਦਾ ਅੰਦਰ ਅਸੀਂ ਇਹਨੂੰ ਸਾਫ਼ ਸਫਾਈ ਜਦ ਜ਼ੋਰ ਕੱਢਦੇ ਨਾ ਮਸਾਲਾ ਲਾ ਕੇ ਤਾਂ ਅੰਦਰੋਂ ਇੱਦੋਂ ਨਾ ਜਲੇਬੀ ਪ੍ਰਕਾਰ ਦੇ ਗੋਲ ਗੋਲ ਰਾਊਂਡ ਆਉਂਦੇ ਨੇ ਇਹਨੂੰ, ਜੋ ਉਹਨਾਂ ਨੂੰ ਚਾਂਦੀ ਦੀ ਤਾਰ ਕਸੀ ਅੰਦਰ ਚਾਂਦੀ ਦੇ ਤਾਰ ਲੱਗੇ ਨੇ ਇਹਦੇ ਅੰਦਰ, ਤਾਂ ਉਹ ਜਦੋਂ ਅਸੀਂ ਮਸਾਲੇ ਲਾਵਾਂਗੇ ਤਾਂ ਆਪੇ ਆਪ ਜੀ ਨੂੰ ਦਿਖ ਜਾਊਗਾ ਕਿ ਇਹਦੇ ਇਹ ਜ਼ੋਰ ਕਿਹੜਾ ਪ੍ਰਕਾਰ ਦਾ, ਇਹਦੇ ਉਹਨੂੰ ਸਕੇਲੇ ਦਾ ਜ਼ੋਰ ਹੈਗਾ, ਜਿਸ ਤਰ੍ਹਾਂ ਦਾ ਇਹਦੇ ਵਿੱਚ ਜ਼ੋਰ ਹੈਗਾ ਆਪ ਜੀ ਵਿਖਾਈਏ, ਥੋੜ੍ਹਾ ਜਿਹਾ ਥੱਲੇ ਲਾ ਕੇ ਪੂਰਾ ਜ਼ੂਮ ਕਰੀਏ, ਆਹ ਵੇਖੋ
ਇਹਨੂੰ ਕਹਿੰਦੇ ਫੁਲਾ ਦਸ ਜੋਤ, ਜਿਹੜਾ ਇਹ ਦਿਖ ਰਿਹਾ ਨਾ ਕਾਲਾ ਕਾਲਾ ਜਿਹਾ ਸਾਰਾ, ਇਹ ਸਾਰਾ ਜ਼ੋਰ ਆ, ਇਹ ਉੱਚੇ ਦਰਜੇ ਦਾ ਜ਼ੋਰ ਹੈ। ਉੱਚੇ ਦਰਜੇ ਦੇ ਸ਼ਸਤਰ ਜਿਹੜੇ ਰਾਜੇ ਮਹਾਰਾਜੇ ਕਮਰ ਕਸੇ 'ਚ ਰੱਖਦੇ ਸੀ, ਜਾਂ ਫਿਰ ਉਹਨਾਂ ਦੇ ਸੈਨਾਪਤੀ, ਇਹ ਕੋਈ ਆਮ ਸੈਨਿਕ ਉਹਨਾਂ ਦਾ ਸ਼ਸਤਰ ਨਹੀਂ ਰੱਖ ਸਕਦਾ ਸੀ, ਕਿਉਂਕਿ ਇਹ ਜਾਤ ਸਭ ਤੋਂ ਉੱਚੀ ਜਾਤ ਹੈਗੀ। ਕਿਉਂਕਿ ਇਹ ਸ਼ਸਤਰ ਬਣਾਉਣ ਦਾ ਕਾਰਨ ਵੀ ਕੀ ਹੈ, ਅੱਗੇ ਦੇ ਜ਼ਰਾ ਦੇਖੋ ਬੰਦੂਕਾਂ ਇਹ ਜ਼ਿਆਦਾ ਨਹੀਂ ਸੀ, ਜ਼ਿਆਦਾ ਕਰਕੇ ਸ਼ਸਤਰ ਸੀ। ਜਦੋਂ ਸੁਣਦੇ ਵਾਰੀ ਨਾ ਕੋਈ ਹਮਲਾ ਹੋ ਜਾਏ ਤਾਂ ਇਹ ਸ਼ਸਤਰ ਦਾ ਆਜ ਵੀ ਵਾਰ ਇੰਨਾ ਮਹਿੰਗਾ ਵਾਰ ਹੈਗਾ, ਇਹਨੂੰ ਡਾਕਟਰ ਵੀ ਡਾਕਟਰ ਪਾਸ ਵੀ ਜਾਣਾ ਬਹੁਤ ਔਖਾ, ਛੇਤੀ ਸੇ ਛੇਤੀ ਇਲਾਜ ਨਹੀਂ ਹੋ ਸਕਦਾ। ਜਦ ਬੰਦਾ ਇਹ ਸ਼ਸਤਰ ਦਾ ਵਾਰ ਅਗਰ ਚਰਪੱਟਾ ਵੀ ਲੱਗ ਜਾਏ ਤਾਂ ਤੁਰੰਤ ਅਗਰ ਡਾਕਟਰ ਪਾਸ ਨਾ ਜਾਏ ਨਾ, ਤਾਂ ਇਹ ਸ਼ਸਤਰ ਦਾ ਫਿਰ ਡਾਕਟਰ ਦਾ ਵੀ ਕੋਈ ਇਲਾਜ ਨਹੀਂ, ਜਿਸ ਤਰ੍ਹਾਂ ਦਾ ਸਾਂਪ ਦਾ ਇਲਾਜ ਨਹੀਂ ਹੈਗਾ। ਤਾਂ ਹੀ ਇਹਨੂੰ ਪੁਲਾਦ ਦਾ ਕਹਿੰਦੇ ਇਰਾਨੀ ਜ਼ੋਰ ਹੈ, ਜ਼ੋਰ ਦੀ ਕੀਮਤ ਹੁੰਦੀ ਹੈ। ਸ਼ਸਤਰ ਤੁਸੀਂ ਬਹੁਤ ਖੂਬੀ ਸਾਨੂੰ ਜਿਹੜੇ ਦਿਖਾਏ ਨੇ, ਹਰ ਚੀਜ਼ ਤੁਸੀਂ ਸਾਨੂੰ ਦੱਸ ਰਹੇ ਹੋ, ਪਰ ਜਦ ਤੁਸੀਂ ਸੇਵਾ ਕਰਨ ਜਾਂਦੇ ਹੋ, ਤਖਤ ਸਾਹਿਬ ਸੇਵਾ ਕਰਦੇ ਹੋ, ਸ਼ਸਤਰਾਂ ਦੇ ਗੁਰੂ ਸਾਹਿਬ ਦੇ ਸ਼ਸਤਰ ਨੇ ਬਹੁਤ ਸਾਰੇ ਨੇ, ਸਨਮਾਨ ਪੂਰਾ ਦੇਣਾ ਹੁੰਦਾ, ਅੱਜ ਅਸੀਂ ਉਹਨਾਂ ਨੂੰ ਸਨਮਾਨ ਦਿੰਦੇ ਹਾਂ, ਸਿਰ 'ਤੇ ਰੱਖਦੇ ਹਾਂ ਆਪਣੇ, ਪਰ ਤੁਸੀਂ ਜਿਵੇਂ ਹੁਣ ਆਪਣੇ ਹੱਥੀਂ ਸੰਦਾਂ ਨਾਲ ਬਣਾਉਂਦੇ ਹੋ, ਫਿਰ ਉਹਨਾਂ ਨੂੰ ਕਿਵੇਂ ਰਿਪੇਅਰ ਕਿਵੇਂ ਕਰਦੇ ਹੋ? ਫਿਰ ਇਹ ਨਹੀਂ ਲੱਗਦਾ ਵੀ ਇਹ ਥੱਲੇ ਲੱਗੇਗਾ ਜਾਂ ਕੀ ਹੋਵੇਗਾ? ਇੱਦਾਂ ਹੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ ਨਾ ਦਸਵੇਂ ਪਾਤਸ਼ਾਹ ਜੀ, ਇੱਦਾਂ ਹੀ ਅਸੀਂ ਸ਼ਸਤਰ ਬਣਾਉਂਦੇ, ਸੇਵਾ ਬਣਾਉਂਦੇ ਹੋਏ ਬੈਠੇ ਸੀ, ਇੱਦਾਂ ਹੀ ਫੌਜ ਆ ਗਈ ਸੀ, ਜਿੱਦਾਂ ਆਪ ਜੀ ਨੇ ਵਿਚਾਰੇ, ਇਹ ਤਾਂ ਸਾਡੇ ਸਤਿਕਾਰ ਹੋ ਗਿਆ, ਅਸੀਂ ਇਹਨਾਂ ਦੀ ਪੂਜਾ ਕਰਦੇ ਨੇ, ਅਸੀਂ ਆਪ ਜੀ ਦੇ ਲੱਤਾਂ ਦੇ ਥੱਲੇ ਰੱਖ ਕੇ ਕਰੇ ਨੇਗੇ, ਤਾਂ ਅਸੀਂ ਕੰਮ ਬੰਦ ਕਰਤਾ ਕਿ ਬਾਈ ਬਾਬਾ ਜੀ ਨਾਰਾਜ਼ ਹੋ ਜਾਏਗੇ, ਸੰਗਤ ਨਾਰਾਜ਼ ਹੋ ਗਈ, ਬਾਬਾ ਜੀ ਨੂੰ ਇਹ ਪਤਾ ਕਿ ਰਿਪੋਰਟ ਹੋ ਜਾਊਗੀ ਸਾਡੀ, ਅਸੀਂ ਕੰਮ ਨਹੀਂ ਕੀਤਾ, ਦੋ ਦਿਨ ਕੰਮ ਬੰਦ ਹੋ ਗਿਆ, ਆਹ ਪਾਤਸ਼ਾਹ ਕੀ ਹੋ ਗਿਆ, ਗੱਲ ਕੀ ਹੋ ਗਈ, ਕੰਮ ਕਿਉਂ ਬੰਦ ਕੀਤਾ? ਕਿ ਪਾਤਸ਼ਾਹ ਇਹ ਤਾਂ ਸਾਡੀ ਸੇਵਾ ਹੈਗੀ, ਇੱਕ ਸਸਤਰ ਰਹੇਗਾ ਤਾਂ ਅਸੀਂ ਦਸਤਾਰ ਅਤੇ ਸਰ 'ਤੇ ਉੱਪਰ ਰੱਖ ਕੇ ਕਰ ਲੈਂਗੇ, ਇਹ ਤਾਂ ਬਹੁਤ ਸਸਤਰ ਹੈਗੇ, ਸਾਰੇ ਸਸਤਰ, ਕੋਈ ਕੋਈ ਉੱਚਾ ਨਹੀਂ ਹੈ, ਕੋਈ ਛੋਟਾ ਨਹੀਂ ਹੈ, ਸਾਰੇ ਸਤਿਕਾਰਯੋਗ ਸਸਤਰ ਸਸਤਰ ਹੀ ਹੈ। ਸਾਡੀ ਤੋਂ ਰੀਤੀ ਰਿਵਾਜ਼ ਇੱਦਾਂ ਹੀ, ਇਹਨਾਂ ਨੂੰ ਥੱਲੇ ਰੱਖ ਕੇ, ਅਸੀਂ ਪੈਰਾਂ ਦੇ ਥੱਲੇ ਲੱਗ ਕੇ ਇਹਨਾਂ ਨੂੰ ਕਰਦੇ ਨੇ, ਤਾਂ ਫਿਰ ਪਾਤਸ਼ਾਹ ਜੀ ਨੇ ਸਾਨੂੰ ਵਰਦਾਨ ਦਿੱਤਾ, ਸੇਵਾ ਜਦੋਂ ਵੀ ਆਪ ਕਰਨਗੇ ਤਾਂ ਆਪ ਨੂੰ ਇਹ ਸੇਵਾ ਮਾਫ ਹੈਗੀ, ਆਪ ਪੈਰ ਦੇ ਥੱਲੇ ਰੱਖ ਕੇ ਕਰ ਸਕਦੇ ਨੇ। ਤਾਂ ਅੱਜ ਵੀ ਅਸੀਂ ਜਦ ਤਖਤ ਸਾਹਿਬ 'ਤੇ ਜਾਂਦੇ ਨੇ, ਸਾਡੇ ਜਥੇਦਾਰ ਵੀ ਉੱਥੇ ਸਾਨੂੰ ਦੇਖਦੇ ਨੇ, ਤਾਂ ਜਥੇਦਾਰ ਸਾਹਿਬ ਜੀ ਕਹਿੰਦੇ ਨੇ ਸਾਨੂੰ, ਕੋਈ ਨਹੀਂ ਸਿਕਲੀਕਰਾਂ ਨੂੰ ਸੇਵਾ ਦੇ ਵਕਤ ਸ਼ਸਤਰ ਦੀ ਸੇਵਾ ਮਾਫ ਹੈਗੀ। ਅਸੀਂ ਹਰ ਸਾਲ ਤਖਤ ਸਨਾਨ 'ਤੇ ਸੇਵਾ ਕਰਨ ਜਾਂਦੇ, ਜਿੰਨਾ ਵੀ ਗੁਰੂ ਮਹਾਰਾਜ ਦਾ ਖਜ਼ਾਨਾ ਹੈ ਉਹ ਆਪੇ ਹੱਥ ਸਾਦੇ ਹੱਥ ਸਾਫ਼ ਸਫਾਈ ਕਰਦੇ ਨੇ, ਹਰ ਸਾਲ ਜਾਂਦੇ ਨੇ, ਸਾਡੀ ਅੱਜ ਵੀ ਇਹ ਪੀੜ੍ਹੀ ਚੱਲ ਰਹੀ ਨੇ। ਇੱਕ ਵੱਡੀ ਗੱਲ ਹੈਗੀ ਆ, ਚਰਚਾ ਤਾਂ ਵੀ ਨਾਲ ਕੀਤੀ ਗਈ ਕਿਉਂਕਿ ਤਖ਼ਤ ਸਾਹਿਬ ਦੇ ਅੰਦਰ ਜਿੰਨੇ ਵੀ ਜਿਹੜੇ ਸ਼ਸਤਰ ਪਏ ਨੇ ਇਹਨਾਂ ਦੀ ਸੇਵਾ ਇਹ ਕਰਦੇ ਨੇ, ਹਰ ਸਾਲ ਜਾਂਦੇ ਨੇ ਉੱਥੇ, ਇਸ਼ਨਾਨ ਕਰਾਇਆ ਜਾਂਦਾ ਪੂਰੇ ਉਹਨੂੰ, ਪੂਰੇ ਥੜੇ ਨੂੰ, ਅਤੇ ਉਸ ਤੋਂ ਬਾਅਦ ਪੂਰੇ ਸ਼ਸਤਰਾਂ ਨੂੰ ਸਾਫ਼ ਕੀਤਾ ਜਾਂਦਾ, ਕੇਵਲ ਚਾਹੇ ਇਹ ਪੈਰੀ ਰੱਖ ਕੇ ਇਹਨੂੰ ਸਾਫ਼ ਕਰਨਾ ਚਾਹੇ ਹੱਥੀਂ ਰੱਖਣ, ਇਹਨਾਂ ਨੂੰ ਮਾਫ਼ ਹੈਗਾ, ਗੁਰੂ ਸਾਹਿਬ ਵੱਲੋਂ ਬਖਸ਼ ਹੈਗੀ ਆ, ਉਹ ਤਾਂ ਪੂਰਾ ਪੀੜ੍ਹੀ ਦਰ ਪੀੜ੍ਹੀ ਇਹ ਚੱਲਦਾ ਆ ਰਿਹਾ ਆ। ਤੁਹਾਡਾ ਬਹੁਤ ਧੰਨਵਾਦ, ਅੱਜ ਤੁਹਾਡੀ ਚਰਚਾ ਤੁਹਾਡੇ ਨਾਲ ਸ਼ਸਤਰਾਂ ਦੀ ਅਸੀਂ ਕੀਤੀ ਆ, ਜਾਣਨਾ ਜ਼ਰੂਰ ਸੀ ਕਿਉਂਕਿ ਉਹ ਪੀੜ੍ਹੀ ਹੋ ਤੁਸੀਂ ਜਿਹੜੇ ਗੁਰੂ ਸਾਹਿਬ ਤੋਂ ਚੱਲਦੇ ਆ ਰਹੇ ਆ ਅਤੇ ਹੁਣ ਅਲੋਪ ਹੁੰਦੀ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਆਪ ਜੀ ਨੇ ਸਾਰੇ ਸੰਗਤਾਂ ਨੂੰ ਸਾਡੇ ਸ਼ਸਤਰਾਂ ਦੇ ਦਰਸ਼ਨ ਦਿੱਤਾ, ਸਾਡੇ ਵਿਚਾਰ ਰੱਖੇ, ਸਾਡੀ ਜਿਹੜੀ ਕਲਾ ਸੀ ਉਹ ਮਰਦੇ ਜਾ ਰਹੀ ਸੀ, ਅੱਜ ਆਪ ਜੀ ਨੇ ਆ ਕੇ ਜ਼ਿੰਦੀ ਕਰਤੀ, ਸਾਨੂੰ ਹੋਰ ਜੋਸ਼ ਆ ਗਿਆ, ਹੁਣ ਅਸੀਂ ਅੱਗੇ ਵੀ ਸੇਵਾ ਕਰਦੇ ਰਹਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, PTC ਚੈਨਲ ਬਾਈ ਆਪ ਜੀ ਨੇ ਬਿਲਕੁਲ ਇਹ ਸੇਵਾ ਸ਼ਸਤਰਾਂ ਦੀ ਇਹ ਕਰਦੇ ਨੇ, ਜਿਹੜਾ ਆ ਇਹੋ ਜਿਹੇ ਪੁਰਾਤਨ ਸ਼ਸਤਰ ਨੇ ਜਿਹੜੇ ਜਿਨ੍ਹਾਂ ਨੂੰ ਸਾਂਭ ਕੇ ਰੱਖਿਆ ਹੋਇਆ, ਅਤੇ ਇੱਥੋਂ ਜੇ ਸ਼ਸਤਰ ਜਿਹੜੇ ਨੇ ਜਿੰਨੇ ਵੀ ਤਖ਼ਤ ਸਾਹਿਬ 'ਤੇ ਸ਼ਸਤਰ ਪਏ ਨੇ ਸਾਰੇ ਹੀ ਗੁਰੂ ਸਾਹਿਬ ਦੇ ਸ਼ਸਤਰਾਂ ਦੀ ਜੇ ਕੋਈ ਸਫਾਈ ਕਰਦਾ ਤਾਂ ਇਹ ਆਪ ਖੁਦ ਜਾ ਕੇ ਉਹਨਾਂ ਦੀ ਸਫਾਈ ਕਰਦੇ ਨੇ, ਇੱਕ ਵੱਡੀ ਗੱਲ ਹੈ ਕਿਉਂਕਿ ਉਹਨੂੰ ਜੇਕਰ ਉੱਥੇ ਜਥੇਦਾਰ ਵੀ ਹੱਥ ਲਾਉਂਦੇ ਨੇ ਤਾਂ ਵੀ ਉਹਨਾਂ 'ਤੇ ਗਲਵਜ਼ ਪਾ ਕੇ ਜਾਂ ਬੜੇ ਮਰਿਆਦਾ ਸਹਿਤ ਲਾਉਂਦੇ ਨੇ, ਪਰ ਇਹਨਾਂ ਨੂੰ ਬਖਸ਼ਿਆ ਅਤੇ ਉਹਦੀ ਸਫਾਈ ਕਰਦੇ ਨੇ ਅਤੇ ਉਹਨੂੰ ਫਿਰ ਇੱਕ ਵਾਰ ਮੁੜ ਤੋਂ ਨਵਾਂ ਬਣਾ ਦਿੰਦੇ ਨੇ। ਸੋ ਖਾਸ ਪੇਸ਼ਕਸ਼ ਸੀ ਸਾਡੀ ਅੱਜ ਹੀ ਇਹ, ਤਾਂ ਕਿ ਤੁਹਾਨੂੰ ਇੰਨੀ ਬਰਾਦਰੀ ਨਾਲ ਮਿਲਾ ਸਕੀਏ, ਉਹਨਾਂ ਦੇ ਕੰਮ ਉਹਨਾਂ ਦੀ ਕਲਾ ਨਾਲ ਮਿਲਾ ਸਕੀਏ। ਹੁਣ ਮੇਰੇ ਕੈਮਰਾਮੈਨ ਜੱਗੀ ਅਤੇ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦੇ ਇਜਾਜ਼ਤ, ਧੰਨਵਾਦ।